किसानी खेतर विच नित दिन बदलती मशीनरी लैके पंजाब दा किसान चिंतित। कहा पुरानी खरीद की लखां रुपए की मशीनरी किस काम की, वह जां तां कौड़ियां दे भाव बेच देवो, नहीं तो अपने फार्मां विच जंग लगन लई रख लवो, नहीं तो अपनी आने वाली पीढ़ी नूं दिखाउण लई रख लो कि कदी इन्हां नाल भी फसलां बीजियां जांदियां सन। इस संबंधी पिंड ह्यों दे 125 खेत की खेती करन वाले किसान गुरनेक सिंह ने कहा कि सरकारां वल्लों किसानां लई नवें नवें आदेश जारी कर दिते जांदे, बगैर किसान दा दर्द जाने, किसान मरे तां कित्थे मरे। इस मौके साबका सरपंच दलबाग सिंह ह्यों ने कहा कि साडे मुताबक सुपर सीडर कणक की बिजाई करन वाला 100% कामयाब साडे मुताबक नहीं, ये जमीन थले दबदा प्रणाली, जेकर कणक का बीज इस उपर डिगदा वह कदे भी जन्म नहीं लवेगा। प्रणाली साडी रहिंद खूंद नहीं, ये साडा उत्पाद है। बाकी असी मशीनों बारे जो देखिया, जेड़ा सुपर सीडर वा ये 100% कामयाब साडे मुताबक है नहीं, क्योंकि थले दबदा प्रणाली हो सकता है, जो जमे तो जदों ये कणक जमूगी फिर पता लगेगा भी ये किदा किदा है। पराली बिचे ही है दबी हुई, वो उपर जो दाना डिगया तो जम नहीं सकता। बाकी जोड़ा बेलर वा 1000 रुपया साढ़े को जिमीदार को बंदे बेलर वाले लेंदे है, मुड़ के जाके उत्थे बेचते हैं जिन्ने भी मर्जी इन्हों की बिकती हो। जोड़ा असी एक तो उत्पाद करते हैं पराली का, ये उत्पाद वा, ये रहिंद खूंद नहीं है, रहिंद खूंद उदा ही ना दिता है, ये उत्पाद वा। असी अपना उत्पाद भी बेचीए तो फिर 1000 रुपया भी देिए। तो साड़ी बेनती ये आ भी सरकार थोड़ा जिहा साडे वल भी ध्यान करे। ये जिहड़ा तुसी 1000 रुपया दिंदे आ, एक एकड़ मगर तुसी दिंदे आ, जिहड़ा तुहाडे इह पराली नूं इकट्ठी करन दा, ते सरकार तुहानूं कोई पैसा नहीं दिंदी? कोई पैसा नहीं दिंदी सरकार, सानूं कोई पैसा नहीं दिंदी। जिमीदार यूनियन नाल कहिंदियां भी 200 रुपया एक क्वांटल मगर दिओ, वो सरकार देण तों भजदी आ। आ जिहड़े अज्जां दीआं मशीनां जिहड़ियां हैगियां खबरे तां उह फैक्ट्रियां वालिआं नूं जां किद्दां, जिहड़ा ਇਹ ਰੂਟਾਵੀਟਰ ਆ, ਹਾਂਜੀ, ਇਹ ਤੁਸੀਂ ਕਿਹੜੇ ਸਨ ਦੇ ਵਿੱਚ ਲਿਆ ਅਤੇ ਕਿੰਨੇ ਦਾ ਲਿਆ ਅਤੇ ਇਹਦਾ ਕੋਈ ਫਾਇਦਾ ਹੋਇਆ? ਅਤੇ ਹਾਂਜੀ, ਇਹ ਅਸੀਂ ਲਿਆ 10 ਦੇ ਵਿੱਚ ਜੀ, ਇਹ ਉਦੋਂ ਲਿਆ ਸੀਗਾ ਜੀ 80,000 ਦਾ, ਅਤੇ ਇਹਦਾ ਚਲੋ ਸਾਨੂੰ ਆਲੂ ਲਾਉਣ ਨੂੰ ਹੋਰ ਫਸਲਾਂ ਨੂੰ ਇਹਦਾ ਫਾਇਦਾ ਹੁੰਦਾ ਰਿਹਾ, ਅਤੇ ਪਰ ਕਣਕ ਨੂੰ ਨਹੀਂ ਸੀਗਾ ਇਹ ਬਹੁਤਾ, ਬਸ ਹੋਰ ਚੀਜ਼ਾਂ ਨੂੰ ਸੀਗਾ। ਕਣਕ ਨੂੰ ਤੁਹਾਨੂੰ ਅਸੀਂ ਹੋਰ ਦਿਖਾਲਦੇ ਹਾਂ, ਅਸੀਂ ਉਹ ਲਿਆ ਸੀ ਪਰ ਉਹਦਾ ਨਹੀਂ ਬਹੁਤਾ ਫਾਇਦਾ ਹੋਇਆ। ਇਹ ਮਸ਼ੀਨਰੀ ਹੁਣ ਤੁਹਾਡੇ ਕੰਮ ਆਉਂਦੀ ਹੈ? ਹਾਂਜੀ, ਆਲੂ ਲਾਉਣ ਨੂੰ ਆਉਂਦੀ ਹੈ ਜੀ, ਹਾਂ, ਜਾਂ ਗੰਨਾ ਬੀਜਣਾ ਹੁੰਦਾ ਜਾਂ ਹੋਰ ਚੀਜ਼ ਖੇਤ ਨੂੰ ਬਰੀਕ ਕਰ ਦਿੰਦੀ ਆ। ਪਰ ਜਿੱਦਾਂ ਹੁਣ ਸੁਪਰ ਸੀਡਰ ਹੈਪੀ ਸੀ ਇਹ ਆਈ ਜਾਂਦੇ ਆ, ਉਹਨਾਂ ਦਾ ਕੋਈ ਫਾਇਦਾ ਨਹੀਂ ਭਾਜੀ। ਤੁਸੀਂ ਲਈ ਸਿਰਫ ਇਹ ਕਣਕ ਦੇ ਲਈ ਸੀ? ਹਾਂ, ਕਣਕ ਦੇ ਲਈ ਸੀ, ਕਣਕ ਦੇ ਲਈ ਸੀ ਵੀ ਕਈ ਨਾ ਪਰਾਲੀ 'ਚ ਇੱਦਾਂ ਹੀ ਛੱਟਾ ਦੇ ਕੇ ਫਿਰ ਇਹ ਫੇਰ ਲਿਆ ਕਰਾਂਗੇ। ਇਸ ਤੋਂ ਬਾਅਦ 'ਚ ਫਿਰ ਇਸੇ ਚੀਜ਼ 'ਤੇ ਡਰਿੱਲ ਲੱਗ ਕੇ ਆ ਗਈ, ਫਿਰ ਅਸੀਂ ਉਹ ਲਈ। ਉਹ ਵੀ ਹੈ ਤੁਹਾਡੇ ਕੋਲ? ਆਓ ਦਿਖਾਓ ਜਰਾ। ਇਹ ਰੂਟਾਵੀਟਰ ਡਰਿੱਲ ਜਿਹਦੇ ਰਾਹੀਂ ਕਣਕ ਦੀ ਬਿਜਾਈ ਹੁੰਦੀ ਹੈ, ਇਹਦੇ ਨਾਲ ਕਣਕ ਦੀ ਬਿਜਾਈ ਹੁੰਦੀ ਹੈ ਕਿ ਹੋਰ ਵੀ ਬਿਜਾਈ ਹੁੰਦੀ ਆ? ਕਿ ਤੁਹਾਡੇ ਇਹ ਫਾਇਦੇ 'ਚ ਹੈ? ਮੈਨੂੰ ਤਾਂ ਲੱਗਦਾ ਕਾਫੀ ਜਿੱਦਾਂ ਮਿੱਟੀ ਪਈ ਹੋਈ ਆ ਕਿ ਕੰਮੇ ਹੀ ਨਹੀਂ ਆਇਆ ਲੱਗਦਾ। ਨਹੀਂ ਭਾਅ ਜੀ, ਇਹ ਲਿਆਂਦਾ ਅਸੀਂ ਇਹਨਾਂ ਇਹਨੂੰ ਤੀਜਾ ਸਾਲ ਵਾ ਲਿਆਂਦੇ ਨੂੰ, ਇਹਨਾਂ ਪਹਿਲੇ ਸਾਲ ਅਸੀਂ 20 ਖੇਤ ਬੀਜੇ ਆ, ਪਰ ਉਹ ਕਣਕ ਨਹੀਂ ਸੂਤ ਆਈ, ਕਣਕ ਨੇ ਝਾੜ ਬਹੁਤ ਘਟਾ ਦਿੱਤਾ, 5-5, 7-7 ਕੁਇੰਟਲ ਝਾੜ ਘੱਟ ਗਿਆ, ਜਾਂ ਪਾਣੀ ਲਾਇਆ ਕਣਕ ਦਾ ਕੁਛ ਹੋਰ ਹੀ ਬਣ ਗਿਆ, ਜਿਹੜੀ ਪਰਾਲੀ ਸੀ ਇਹਨਾਂ ਨੇ ਵਿੱਚ ਦੱਬਤੀ ਅਤੇ ਬਣ ਗਿਆ। ਇਹ 2 ਸਾਲ ਹੋ ਗਿਆ ਹੁਣ ਇੱਦਾਂ ਹੀ ਖੜ੍ਹਾ। ਇਹ 1.5 ਲੱਖ ਦਾ ਲਿਆਂਦਾ ਸੀ ਜੀ, 1,52,000 ਦਾ, ਬਸ ਇਹ ਇੱਦਾਂ ਹੀ ਖੜ੍ਹਾ, ਨਾ ਸਾਡੇ ਹੋਰ ਕਿਤੇ ਕੰਮ ਆਉਂਦਾ ਇਹ, ਨਾ ਵਾਸਤਾ, ਤੁਸੀਂ ਦੇਖ ਲਓ ਨਵਾਂ ਮਿੱਟੀ ਇੱਦਾਂ ਹੀ ਖੜ੍ਹਾ ਜੀ। ਇਸ ਤੋਂ ਇਲਾਵਾ ਜਿਹੜੀ ਕੋਈ ਨਵੀਂ ਤਕਨੀਕ ਸਰਕਾਰ ਨੇ ਪੇਸ਼ ਕੀਤੀ ਕਿਸਾਨਾਂ ਦੇ ਲਈ, ਉਹ ਵੀ ਲੈ ਕੇ ਆਉਂਦੀ ਹੈ ਕਣਕ ਦੀ ਬਿਜਾਈ ਦੇ ਲਈ? ਭਾਅ ਜੀ, ਮੈਂ ਬੁੱਕ ਕਰਾਈ ਸੀ, ਮੇਰੀ ਸਬਸਿਡੀ ਵੀ ਨਿਕਲ ਆਈ ਸੀਗੀ, ਪਰ ਲਈ ਨਹੀਂ ਭਾਅ ਜੀ। ਸਿਰਫ ਆਹੀ ਚੀਜ਼ ਵਾ, ਆਹੀ ਉਹ 'ਤੇ ਡਰਿੱਲ ਲੱਗੀ ਵਾ, ਆਹੀ ਉਹਨੂੰ ਥੱਲੇ ਬਲੇਟ ਵਾ, ਪਿੱਛੇ ਉਹਨੂੰ ਸਿਰਫ ਪੈਪ ਲਾ ਦਿੱਤੇ, ਕੋਈ ਖਾਸ ਚੀਜ਼ ਨਹੀਂ ਸੀ ਉਹ 'ਚ। ਅਸੀਂ ਪਰ ਬਿਜਾਈ ਉਹਦੀ ਹੋਈ, ਉਹ ਦੇਖੀ, ਉਹ ਵੀ ਸੂਤ ਨਹੀਂ ਸੀ ਭਾਅ ਜੀ, ਫਿਰ ਅਸੀਂ ਕਿਹਾ ਲਈ ਨਹੀਂ, ਅਸੀਂ ਕਿਹਾ ਹੋਰ 1.5 ਲੱਖ ਰੁਪਈਆ ਖਰਾਬ ਹੋ ਜਾਣਾ। ਕਿ ਉਹਨੂੰ ਕੀ ਕਹਿੰਦੇ, ਸੁਪਰ ਸੀਡਰ? ਸੁਪਰ ਸੀਡਰ ਜੀ, ਸੁਪਰ ਸੀਡਰ ਕਹਿੰਦੇ ਜੀ ਉਹਨੂੰ, ਬਸ ਚੀਜ਼ ਆਹੀ ਆ, ਆਹੀ ਰੂਟਾਵੇਟਰ ਵਾ, ਆਹੀ ਡਰਿੱਲ ਵਾ, ਸਿਰਫ ਉਹਨੂੰ ਪਿੱਛੇ ਡਰਿੱਲ ਲੱਗੀ ਹੋ ਆ। ਜ਼ੀਰੋ ਅੱਜ ਕੱਲ੍ਹ ਜ਼ੀਰੋ ਡਰਿੱਲ ਵੀ ਤੁਹਾਨੂੰ ਦਿਖਾਉਂਦੇ, ਉਹ ਵੀ ਲਈ ਗਏ। ਆਓ ਆਪਾਂ ਜ਼ੀਰੋ ਡਰਿੱਲ ਵੀ ਦੇ। ਉਸ ਤੋਂ ਬਾਅਦ ਇਹਨਾਂ ਨੇ ਆਹ ਡਰਿੱਲ ਲਿਆਂਦੀ, ਇਹਨੂੰ ਜ਼ੀਰੋ ਡਰਿੱਲ ਕਹਿੰਦੇ ਆ। ਥੱਲੇ ਤਿੱਖੀਆਂ ਰੰਬੀਆਂ ਵਰਗੇ ਉਹ ਪੰਜੇ ਬਣਾਏ ਹੋਏ ਨੇ, ਇਹਦਾ ਕਾਰਨ ਇਹ ਹੈ ਕਿ ਜਿਹੜੀ ਪਰਾਲੀ ਨੂੰ ਇਹ ਕੱਟ ਕੇ ਕਣਕ ਦੀ ਬਿਜਾਈ ਕਰੇ। ਗੁਰਨੇਕ ਸਿੰਘ ਉਹਨਾਂ ਨੇ ਇਹ ਵੀ ਲੈ ਕੇ ਆਉਂਦੀ, ਗੁਰਨੇਕ ਸਿੰਘ ਜੀ ਇਹ ਕਿਹੜੇ ਸੰਨ ਦੇ ਵਿੱਚ ਲੈ ਕੇ ਆਉਂਦੀ ਅਤੇ ਇਹਦਾ ਵੀ ਕੀ ਕੋਈ ਫਾਇਦਾ ਹੋਇਆ ਕਿ ਉਹ ਵੀ ਇੱਦਾਂ ਹੀ ਖੜੀ ਆ? ਇਹ ਲਿਆਂਦੀ ਅਸੀਂ ਜੀ 2013 'ਚ ਲਿਆਂਦੀ, ਅਤੇ ਇਹ ਵੀ ਚੀਜ਼
गल उत्थे ही आ गई भी पराली चक्को पहला मुड़ के फिर इनू बीजो। यदा कोई फायदा नहीं होया। जिहड़ियां पहलियां ड्रिलां सी असीं अपनियां इही चीज़ उह कुवाड़ च बेचियां, इहते 50,000 लाया ते इहदा भी हुण कोई फायदा नहीं होया। हुण उही ड्रिलां फिर जिहड़ियां पुराणियां सीगियां उही काम आउंदियां जी। किन्ने कु पैसे तुसीं इह मशीनरी ते खराब कर चुके आ जिहड़ी इस वेले तुहाडे कोल बेकार खड़ी है? ये भाई सिर्फ कणक वाली तो ये 3 लाख रुपया खराब कर चुके हैं। आ थोड़े 2-4 साल कदे कुछ लिया गए कदे कुछ लिया गए, पर कणक जो पुराना ढंग से जा अग ला के जा फिर आ जी मशीन आई है गठा वाली गठा बन के चका के तो तदे ही सूत आती है भाई। तुसी हुण सरकारां नूं जां किसानां नूं की सुझाव देना चाहते हैं? बस ये सबसिडी जिदा मशीन गठा वाली आईया ये बहुत वधिया चीज़ वा, ये गौरमेंट सबसिडी दे जिमीदार नूं झोने ते 50 रुपये जिदा कुछ भी करके जा उदा जा मशीनरी ते सबसिडी दे गठा बनो वाई ते वह मशीनरी वध तो वध आवे ते कणक वधिया चीज़ वाई। बहुत बहुत धन्यवाद।